ਇਸ ਪ੍ਰਯੋਗ ਲਈ ਤੁਹਾਨੂੰ ਸਟੇਨਲੈੱਸ ਸਟੀਲ ਦੇ ਚਮਚ ਦੀ ਲੋੜ ਪਵੇਗੀ। ਚਮਚ ਨੂੰ ਗੈਸ ਸਟੋਵ ਉੱਪਰ ਗਰਮ ਕਰੋ। ਚਮਚ ਵਿੱਚ ਪਾਣੀ ਪਾਓ। ਕੁਝ ਦੇਰ ਬਾਅਦ ਪਾਣੀ ਗਰਮ ਹੋਣਾ ਸ਼ੁਰੂ ਹੋ ਜਾਵੇਗਾ, ਫਿਰ ਉਬਲਣਾ ਅਤੇ ਹੌਲੀ ਹੌਲੀ ਇਹ ਇਵੈਪੋਰੇਟ ਹੋ ਜਾਵੇਗਾ। ਇਹ ਸਧਾਰਨ ਇਵੈਪੋਰੇਸ਼ਨ ਹੈ ਜੋ ਕਿ ਅਸੀਂ ਅਕਸਰ ਦੇਖਦੇ ਹਾਂ। ਹੁਣ ਚਮਚ ਨੂੰ 1-2 ਮਿੰਟਾਂ ਤੱਕ ਗਰਮ ਕਰਦੇ ਰਹੋ। ਧਿਆਨ ਰਹੇ ਕਿ ਚਮਚ ਇੰਨਾ ਗਰਮ ਨਾ ਹੋਵੇ ਕਿ ਤੁਹਾਡੇ ਕੋਲ ਫੜਿਆ ਨਾ ਜਾ ਸਕੇ। ਹੁਣ ਪਾਣੀ ਦੀ 1 ਬੂੰਦ ਗਿਰਾਓ। ਇਹ ਬਹੁਤ ਸੋਹਣਾ ਮੋਤੀ ਭਾਵ ਪਰਲ ਬਣ ਜਾਵੇਗਾ। ਅਸਲ ਵਿੱਚ ਇੱਥੇ ਚਮਚ ਬਹੁਤ ਗਰਮ ਹੈ ਅਤੇ ਜਿਵੇਂ ਹੀ ਪਾਣੀ ਉਸ ਦੇ ਸੰਪਰਕ ਵਿੱਚ ਆਉਂਦਾ ਹੈ ਤਾਂ ਉਹ ਵੇਪਰ ਵਿੱਚ ਬਦਲ ਜਾਂਦਾ ਹੈ। ਇਹ ਵੇਪਰ ਡਰੋਪਲੈਟ ਭਾਵ ਪਾਣੀ ਦੀ ਬੂੰਦ ਦੇ ਥੱਲੇ ਹੀ ਇਨਸੂਲੇਟਿੰਗ ਲੇਅਰ ਵਾਂਗ ਹੈ। ਹੁਣ ਚਮਚ ਨੂੰ ਫਲੇਮ ਤੋਂ ਹਟਾ ਲਵੋ। ਤੁਸੀਂ ਪਰਲ ਦੇਖ ਸਕਦੇ ਹੋ। ਅਸਲ ਵਿੱਚ ਇਹ ਲੈਂਡਨ ਫਰੋਸਟ ਇਫੈਕਟ ਦੇ ਕਾਰਨ ਹੈ। ਇਸ ਦੀ ਇੰਡੀਆ ਵਿੱਚ ਸ਼ੈਫਸ ਜ਼ਿਆਦਾ ਪ੍ਰੈਕਟੀਕਲ ਵਰਤੋਂ ਕਰਦੇ ਹਨ ਜਦੋਂ ਉਹ ਡੋਸਾ ਬਣਾਉਂਦੇ ਹਨ, ਤਾਂ ਜੋ ਹੌਟ ਪਲੇਟ ਦਾ ਟੈਂਪਰੇਚਰ ਜਾਣ ਸਕਣ। ਉਹ ਉਸ ਉੱਤੇ ਪਾਣੀ ਗਿਰਾਉਂਦੇ ਹਨ ਅਤੇ ਜਦ ਅਜਿਹੇ ਮੋਤੀ ਬਣਦੇ ਹਨ, ਇਸ ਦਾ ਮਤਲਬ ਹੈ ਕਿ ਪਲੇਟ ਦਾ ਟੈਂਪਰੇਚਰ 200 ਸੈਂਟੀਗ੍ਰੇਡ ਤੋਂ ਉੱਪਰ ਹੈ।